प्यारे दर्शकों, आज हम ननास सिंह मंदिर राजपुरा पटियाला पंजाब को दिखाने आपको जा रहे हैं। राजपुरा से ये मंदिर 6 किलोमीटर है। जैसे कि ये बोर्ड लगा है और ऊपर यहीं से गेट भी बना हुआ है, ये सीधा रास्ता चलता है और 6 किलोमीटर दूरी से यहाँ से ननास सिंह मंदिर है, जहाँ शंकर जी खुद प्रकट हुए। चलते हैं, अब देखते हैं कैसा रहेगा। अब हम आ गए हैं ननास सिंह मंदिर गेट के पास। गेट आ गया ये मेन। अब यहाँ गेट से अंदर एंटर होते हैं शंकर जी के दर्शन करने के लिए। यहाँ जल पीने की सुविधा, पानी। जय शंकर जी। ये प्रसाद की शिव 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 नमः शिव। सामने मार्बल के बना हुआ मंदिर है, जिसके ऊपर 3 कलश बने हुए हैं और उसके ऊपर झंडा है। ये इधर दूसरी तरफ त्रिशूल बना है वो ऊपर तक, और ये यज्ञशाला है। शिवा ओ नमः शिवा शंकर जी का मत्था टिकाते हैं। ये इधर जो जगरी है, आप यहाँ कितने सालों से सेवा कर रहे हैं? 25 साल हो गया। ये कौन सा मंदिर है? ये है ब्रह्मा विष्णु महेश सदाशिव। अच्छा, जब कोई नहीं रहता फिर भी शिष्य रहता है, जब कोई नहीं रहता फिर भी शिष्य रहेगा। यहाँ आपको इतने साल रहते हो, कैसा लग रहा है? बहुत अच्छा है। मंदिर की सेवा कितने के सालों तो कर रहे हैं जी? हाँ जी, कितने के सालों सेवा कर रहे हो? 15 साल हो गए जी। ठीक है जी, वधिया लगे। हाँ जी, पूरे शंकर के नाल लगे हुए हैं, बहुत वधिया है जी। ओम नमः शिवाय। ओम नमः शिवाय।
Shiva, 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 Namah Shiva. ਤੁਸੀਂ ਇੱਥੇ ਮੰਦਿਰ 'ਚ ਕਿੰਨੇ ਕੁ ਸਾਲਾਂ ਤੋਂ ਆ ਰਹੇ ਜੀ? ਕਾਫੀ ਸਾਲ ਹੋ ਗਏ। ਇੱਥੇ ਆ ਕੇ ਕਿਸ ਤਰ੍ਹਾਂ ਮਨ ਨੂੰ ਲੱਗਦਾ ਤੁਹਾਡੇ? ਬਹੁਤ ਵਧੀਆ ਜੀ। ਹੁਣ ਤਾਂ ਤੁਸੀਂ ਇੱਥੇ ਸੇਵਾ ਵੀ ਲੱਗ ਕੇ ਕਰਦੇ? ਹਾਂਜੀ ਹਾਂਜੀ, ਠੀਕ ਹੈ। ਜਿਹੜਾ ਇਹ ਤਰਸ਼ੂਲ ਬਣਾਇਆ ਜੀ, ਇਹਦੀ ਉਚਾਈ ਕਿੰਨੀ ਹੈ? 141 ਫੁੱਟ ਜੀ। 141, ਠੀਕ ਹੈ। ਇਹ ਕਿਹੜੀ ਧਾਤ ਦਾ ਬਣਿਆ ਹੋਇਆ? ਮਤਲਬ ਉਹਦਾ ਬਣਿਆ ਹੋਇਆ ਸਟੀਲ ਦਾ? ਹਾਂ ਸਟੀਲ ਦਾ। ਠੀਕ ਹੈ ਜੀ, ਬਹੁਤ ਵਧੀਆ ਲੱਗਿਆ। ਤੁਹਾਡਾ ਨਾਮ? ਬੰਤ ਰਾਮ। ਪਿੰਡ? ਗੋਰਿੰਦਾ ਕਲਾਂ। ਸੰਤਾਂ ਦਾ ਧੋਣਾ ਜੀ। ਬਾਬਾ ਜੀ ਜਿਹੜੇ ਪ੍ਰਸ਼ਾਦ ਦਿੰਦੇ ਨਾਲ ਇਹਨਾਂ ਦੇ ਸਹਿਯੋਗੀ ਸਹੇਤਰ ਸਾਹਮਣੇ ਨੰਦੀ ਜੀ ਹੈ। ਇਹਨਾਂ ਦਾ ਵਜ਼ਨ ਨੰਦੀ ਜੀ ਦਾ ਕਿੰਨਾ ਜੀ? 20 ਕੁਇੰਟਲ ਲਗਭਗ। 20 ਕੁਇੰਟਲ, ਠੀਕ ਹੈ ਜੀ, ਵਧੀਆ ਲੱਗਿਆ। ਸ਼ੰਕਰ ਜੀ ਦੀ ਮੂਰਤੀ ਖੜਿਆਂ ਦੀ, ਔਰ ਇਨਕੇ ਆਸ ਪਾਸ ਕਬੂਤਰ ਵੀ ਬਹੁਤ ਰਹਿਤੇ ਹੈ। ਪਹਿਲਾਂ ਤਾਂ ਐਤਵਾਰ ਅਤੇ ਸੋਮਵਾਰ ਲੰਗਰ ਚੱਲਦਾ ਸੀ, ਹੁਣ ਮਹਾਰਾਜ ਜੀ ਵੱਲੋਂ ਹੁਕਮ ਹੋਇਆ ਡੇਲੀ ਚੱਲਦਾ ਬਾਹਰ ਦੇ ਲੰਗਰ ਵਾਸਤੇ। ਹੋਲੇ ਨਾ
ਬੱਲੇ ਬੱਲੇ ਆ ਜਾਂ ਸ਼ਿਵ ਜੀ ਕਲਾਸ ਮੇ ਜਾਂ ਸ਼ਿਵ ਨਿਵਾਸ ਮੇ ਇਹ ਭੰਡਾਰ ਦੀ ਰਸੋਈ ਹੈ ਜੀ ਇੱਥੇ ਭੋਜਨ ਸਾਰਾ ਭਾਂਫ ਦੇ ਨਾਲ ਬਣਦਾ ਇਹ ਬੋਇਲਰ ਹੈ ਜੀ ਇਹ ਪਤੀਲੇ ਹੈ ਨਾਲ ਇਹ ਰੋਟੀ ਬਣਾਉਣ ਦੀਆਂ ਭੱਠੀਆਂ ਹੈ ਜੀ ਔਰ ਇਹ ਮਸ਼ੀਨ ਹੈ ਜੀ ਰੋਟੀ ਬਣਾਉਣ ਵਾਲੀ ਇਹ ਸਟੀਲ ਦੀ ਪੇਟੀ ਹੈ ਜੀ ਇਹਦੇ 'ਚ ਰੋਟੀਆਂ ਗਰਮ ਰੱਖਣ ਵਾਸਤੇ ਰੋਟੀਆਂ ਸਟੋਕ ਕਰੀ ਜਾਂਦੀਆਂ ਇਹਦੇ 'ਚ ਇਹ ਜੋ ਮਸ਼ੀਨ ਹੈ ਢੱਕੀ ਹੋਈ ਹੈ ਆਟਾ ਗੁੰਨਣ ਵਾਲੀ ਮਸ਼ੀਨ ਹੈ ਪਰਮਾਤਮਾ ਦਾ ਜੀਵੋ ਪਰਮੇਸ਼ਰ ਦਾ ਭਗਵਾਨ ਮਨੋਕਾਮਨਾ ਪੂਰੇ ਕਰਾਂ ਮੇਰੇ ਪਰਮਾਤਮਾ ਆਪਣੇ ਪੰਥਾਂ ਦੀ ਤੁਹਾਨੂੰ ਚਲੋ ਕਿਹਦਾ ਨਾਥ ਹੈ ਰਾਜ ਕਾਰ ਸਕਾਰ ਧਰਤੀ ਦਾ ਦਾਤਾ ਤੁਮਾ ਪਤੇ ਸ਼ੰਭੋ ਸ਼ੰਕਰ ਪਸ਼ੂਪਤੇ ਹੇ